ਸਤਿ ਸ਼੍ਰੀ ਅਕਾਲ ਜੀ, ਪਾਕਿਸਤਾਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਨਵਜੋਤ ਸਿੰਘ ਸਿੱਧੂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਮਹਾਰਾਜ? ਬਹੁਤ ਵਧੀਆ ਸਰ, ਬਹੁਤ ਵਧੀਆ ਜੀ। ਕੀ ਸਥਿਤੀ ਹੈ ਸਰ? ਤੁਸੀਂ ਇਸ ਵਕਤ ਪਤਾ ਲੱਗਿਆ ਕਿ ਇਮਰਾਨ ਖਾਨ ਸਾਹਿਬ ਨਾਲ ਚੌਪਰ ਦੇ ਵਿੱਚ ਬੈਠਣ ਲੱਗੇ ਹੋ, ਪਾਕਿਸਤਾਨ ਉੱਥੇ ਜਾਣ ਲੱਗੇ ਹੋ, ਕਿਸ ਤਰ੍ਹਾਂ ਦਾ ਤੁਹਾਡਾ ਇਸ? ਮੈਂ ਇੱਥੇ ਗਵਰਨਰ ਹਾਊਸ ਦੇ ਵਿੱਚ ਠਹਿਰਿਆ ਤੇ ਮੈਂ ਗਵਰਨਰ ਸਾਹਿਬ ਔਰ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਦੇ ਨਾਲ 12:30 ਵਜੇ ਇੱਥੋਂ ਟੇਕ ਆਫ ਕਰਾਂਗਾ ਤੇ ਕਰਤਾਰਪੁਰ ਸਾਹਿਬ ਜਾਵਾਂਗਾ ਤੇ ਉੱਥੇ ਜਾ ਕੇ ਮੇਰੀ ਬੜੀ ਮਨਸ਼ਾ ਹੈ ਕਿ ਮੈਂ ਦਸ਼ਾਲਾ ਚੜ੍ਹਾਵਾਂ। ਇੱਕ ਗੋਲਡਨ ਟੈਂਪਲ ਦਾ ਰੈਪਲੀਕਾ ਲੈ ਕੇ ਆਇਆ ਮੈਂ ਤੇ ਉਹ ਖਾਨ ਸਾਹਿਬ ਨੂੰ ਦੇਵਾਂਗਾ। ਬੜੀਆਂ ਤਾਂਘਾਂ ਨੇ, ਇੱਥੋਂ ਦੀ ਮਿੱਟੀ ਲੈ ਕੇ ਵਤਨ ਪਰਤਾਂਗਾ ਤੇ ਵਤਨ ਦੀ ਮਿੱਟੀ ਦੇ ਨਾਲ ਉਹਦਾ ਮਿਲਾਪ ਕਰਾਵਾਂਗਾ। ਬੜੀਆਂ ਤਾਂਘਾਂ ਲੈ ਕੇ, ਬੜੀਆਂ ਖੁਸ਼ੀਆਂ ਅੱਜ ਇੱਥੇ ਨਿਉਛਾਵਰ ਹੋ ਰਹੀਆਂ ਨੇ ਕਿਉਂਕਿ 71 ਸਾਲ ਲੰਬੀ ਰਾਤ ਤੋਂ ਬਾਅਦ ਅੱਜ ਆਸਾਂ ਦਾ ਸੂਰ ਉਦੇ ਹੋਇਆ ਹੈ ਔਰ ਜੋ ਅਸੰਭਵ ਲੱਗਦਾ ਹੁੰਦਾ ਸੀ ਉਹ ਸੰਭਵ ਹੋਇਆ ਔਰ ਸੰਭਵ ਦੇ ਨਾਲ ਨਾਲ ਹੁਣ ਮੈਨੂੰ ਲੱਗਦਾ ਉਹ ਰਿਐਲਿਟੀ ਹੋਣ ਜਾ ਰਿਹਾ ਹੈ। ਇਹਦੇ 'ਚ ਸਭ ਦੇ ਪ੍ਰਯਾਸਾਂ ਦਾ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ 'ਤੇ ਸੰਗਤ ਦੀਆਂ ਅਰਦਾਸਾਂ ਦਾ ਧੰਨਵਾਦ ਕਰਦੇ ਹਾਂ, ਜਿਹਨੇ ਜਿਹਨੇ ਹਿੰਦੁਸਤਾਨ ਦੀ ਕੈਬਨਿਟ ਦੇ ਵਿੱਚ ਇਹ ਪੁਰਜ਼ੋਰ ਉਠਾਇਆ ਉਹਦਾ ਧੰਨਵਾਦ ਕਰਦੇ ਹਾਂ। ਪਾਕਿਸਤਾਨ ਦੇ ਵਜ਼ੀਰ ਆਜ਼ਮ ਫਰਿਸ਼ਤਾ ਸਮਾਨ ਇਮਰਾਨ ਖਾਨ ਸਾਹਿਬ ਦਾ ਧਿਆਨ ਮਤਲਬ ਮੈਂ ਧੰਨਵਾਦ ਕਰਦਾ ਔਰ ਉੱਧਰ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਮੈਂ ਧੰਨਵਾਦ ਕਰਦਾ। ਮਤਲਬ ਹਰ ਆਦਮੀ ਜਿਹਨੇ ਇਹਦੇ 'ਚ ਯੋਗਦਾਨ ਪਾਇਆ ਉਹ ਬਾਬੇ ਨਾਨਕ ਦੀ ਕਿਰਪਾ ਦਾ ਪਾਤਰ ਹੈ ਕਿਉਂਕਿ ਬਾਬਾ ਨਾਨਕ ਜੋੜਨ ਵਾਲੇ ਸੀ ਔਰ ਇਹ ਲਾਂਘਾ ਵੀ ਜੋੜੂਗਾ, ਅਸੰਖ ਸੰਭਾਵਨਾਵਾਂ ਨੂੰ ਖੋਲੂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਦੋ ਦੇਸ਼ਾਂ ਦਾ ਬੈਰ ਮਿਟਾ ਦੇਵੇ ਕਿਉਂਕਿ ਜੋ ਮੈਂ ਇੱਥੇ ਗਾ ਕੇ ਗਿਆ ਸੀ ਉਹ ਬਾਬਾ ਨਾਨਕ ਦੀ ਹੀ ਫਿਲੋਸਫੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਇਹਨਾਂ ਨੂੰ ਆਖਿਆ ਇੱਥੇ ਕਿ ਤੁਸੀਂ 5 ਵਾਰ ਦੀ ਨਮਾਜ਼ ਪੜ੍ਹਦੇ ਹੋ ਤੇ ਅਸੀਂ 2 ਵਾਰ ਅਰਦਾਸ ਕਰਦੇ ਹਾਂ ਤੇ ਜਦੋਂ ਅਰਦਾਸ ਕਰਦੇ ਹਾਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਆਪਣੇ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਇਸ ਦੁਨੀਆਂ ਦਾ ਭਲਾ ਮੰਗਦੇ ਹਾਂ। ਬਾਬੇ ਦੇ ਜਪਜੀ ਸਾਹਿਬ ਦੇ ਵਿੱਚ ਇਨਵਾਇਰਮੈਂਟ ਦੇ ਬਾਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਹਦਾ ਕਿੱਡਾ ਜ਼ਿਕਰ ਆਉਂਦਾ ਹੈ ਤੇ ਸਾਂਝੀ ਵਾਲਦਾ ਹੈ। ਨਾਨਕ ਸ਼ਾਹ ਫਕੀਰ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ, ਮਤਲਬ ਜਦੋਂ ਦੇਹੀ ਵੀ ਤਿਆਗੀ ਸੀ ਤੇ ਫੁੱਲ ਅੱਧੇ ਦਫਨਾਏ ਗਏ ਸੀ ਤੇ ਅੱਧੇ ਜਲਾਏ ਗਏ ਸੀ, ਇਹ ਮਤਲਬ ਬਾਬੇ ਨਾਨਕ ਦਾ ਸੰਦੇਸ਼ ਹੈ ਔਰ ਇੱਥੇ ਵੀ ਮੈਂ ਜਿੰਨਾ ਹੋ ਸਕਿਆ ਉਹਨਾਂ ਇਸ ਸੰਦੇਸ਼ ਨੂੰ ਉਹਨਾਂ ਦੀ ਰਾਹ ਦੇ ਉੱਤੇ ਤੁਰਨ ਨੂੰ ਬਸ ਉਹਨਾਂ ਦੀ ਗੱਲ ਦੇ ਉੱਤੇ ਫੁੱਲ ਚੜਾਉਣ ਦੇ ਲਈ ਬੜਾ ਆਤੁਰ ਹਾਂ ਔਰ ਬੜਾ ਖੁਸ਼ ਹਾਂ। ਸਿੱਧੂ ਸਾਹਿਬ, ਉੱਥੇ ਇੱਕ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮਾਹੌਲ ਹੈ ਲੋਕਾਂ ਦੇ ਵਿੱਚ, ਸਥਾਨਕ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਉਤਸ਼ਾਹ ਹੈ ਸਿੱਖਾਂ ਦੇ ਨਾਲ ਨਾਲ? ਮੈਂ ਕਹਿੰਦਾ ਇੱਕ ਹਊਆ ਬਣਾਇਆ, ਮੈਂ ਇੱਥੇ ਆ ਕੇ ਕੋਈ ਵੇਖੇ, ਇੱਥੇ ਇੰਡੀਆ ਦੇ ਜਰਨਲਿਸਟ ਵੀ ਆਏ ਹੈ ਉਹ ਵੇਖਣ ਕਿ ਕਿਸ ਤਰ੍ਹਾਂ ਪਿਆਰ ਮੁਹੱਬਤ ਔਰ ਕਿਸ ਤਰ੍ਹਾਂ ਖਾਤਰਤਵਾਜ਼ੀ ਇਹ ਲੋਕ ਕਰਦੇ ਹੈ। ਮਤਲਬ ਕੋਈ ਫਰਕ ਹੀ ਨਹੀਂ ਲੱਗਦਾ ਭਾਈ, ਜ਼ਬਾਨ ਇੱਕ ਹੈ, ਕਲਚਰ ਇੱਕ ਹੈ ਔਰ ਮਤਲਬ ਐ ਲੱਗਦਾ ਹੀ ਨਹੀਂ ਕਿ ਤੁਸੀਂ ਦੂਸਰੇ ਪੰਜਾਬ ਦੇ ਵਿੱਚੋਂ, ਆਪਣਾਪਨ ਲੱਗਦਾ ਬਹੁਤ। ਸਿੱਧੂ ਸਾਹਿਬ, ਇਹ ਜੋ ਲਾਂਘਾ ਹੈ ਇਹਦਾ ਡਿਜ਼ਾਈਨ ਕੀ ਹੋਏਗਾ? ਪਾਕਿਸਤਾਨ ਵੱਲੋਂ ਆਫਰ ਕੀਤਾ ਗਿਆ ਹੈ ਕਿ ਬਿਨਾਂ ਵੀਜ਼ੇ ਤੋਂ ਉਹ ਐਂਟਰੀ ਦੇਣਗੇ, ਥੋੜ੍ਹਾ ਜਿਹਾ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਕੰਮ ਕਰੇਗਾ ਇਹ ਸਾਰਾ? ਦੇਖੋ, ਫਵਾਦ ਚੌਧਰੀ ਸਾਹਿਬ ਨੇ ਇਹ ਕਿਹਾ ਸੀਗਾ ਕਿ ਬਗੈਰ ਵੀਜ਼ੇ ਦੇ ਇੱਕ ਟਿਕਟ ਲਾ ਕੇ, ਇਹ ਉਹਨਾਂ ਦੀ ਗੱਲ ਸੀਗੀ ਅੱਜ ਤੋਂ 3 ਮਹੀਨੇ ਪਹਿਲਾਂ। ਹੁਣ ਉਹ ਕੀ ਕਰਨਾ ਚਾਹੁੰਦੇ ਆ ਕੀ ਨਹੀਂ ਇਹ ਤੇ ਉੱਥੇ ਜਾ ਕੇ ਹੀ ਪਤਾ ਲੱਗੇਗਾ। ਇਮਰਾਨ ਖਾਨ ਸਾਹਿਬ ਨੇ ਉਹਨੂੰ ਅਨਾਊਂਸ ਕਰਨਾ, ਗਰਾਊਂਡ ਬ੍ਰੇਕਿੰਗ ਉਹਨਾਂ ਦੀ ਹੈ, ਸੋ ਇਹ ਉੱਥੇ ਜਾ ਕੇ ਹੀ ਪਤਾ ਲੱਗੇਗਾ। ਲੇਕਿਨ ਸ੍ਰਿਸ਼ਟੀ
ਨੂੰ ਬਦਲਣਾ ਹੋਵੇ ਤੇ ਦ੍ਰਿਸ਼ਟੀ ਬਦਲਣੀ ਪੈਂਦੀ ਹੈ, ਔਰ ਇਹ ਦ੍ਰਿਸ਼ਟੀ ਜਿਹੜੀ ਹੈ ਇਹ ਵਾਕਈ ਬਦਲ ਰਹੀ ਹੈ। ਯਾਰੀ ਨਿਭਾਈ ਹੈ ਇੱਕ ਵਜ਼ੀਰ ਆਜ਼ਮ ਨੇ ਨਵਜੋਤ ਸਿੰਘ ਸਿੱਧੂ ਵਰਗੇ ਇਸ ਛੋਟੇ ਬੰਦੇ ਦੇ ਨਾਲ, ਮਤਲਬ ਅਸੀਂ ਤੇ ਸੰਗਤ ਦੇ ਹਿੱਸਾ, ਅਸੀਂ ਤੇ ਦੁਆ ਕਰਨ ਵਾਲੇ ਹਾਂ, ਤੇ ਇੱਥੇ ਵਾਕਈ ਰੱਬ ਦਾ ਵਾਸ ਹੈ। ਤੇ ਵੈਸੇ ਤੇ ਧਰਮ ਨੂੰ ਟੂਲ ਬਣਾ ਕੇ ਸਿਆਸਤ ਔਰ ਆਤੰਕ ਦੀ ਚਸ਼ਮੇ ਦੇ ਵਿੱਚ ਦੇਖਿਆ ਜਾਂਦਾ ਹੈ, ਪਰ ਮੈਂ ਇਹ ਸਮਝਦਾ ਕਿ ਕੌਮ ਦੇ ਵਾਰਿਸ ਆਪਣੇ ਪਿਤਾ ਔਰ ਆਪਣੇ ਜਨਕ ਦੇ ਦਰ ਦੇ ਉੱਤੇ ਨਾ ਆ ਸਕਣ, ਇਹ ਕਿਹੜੀ ਗੱਲ ਹੋਈ, ਇਹ ਕਿਸ ਸ਼ਾਸਤਰ 'ਚ ਲਿਖਿਆ ਹੈ। ਅਸੀਂ ਆਪਣੀ ਕੌਮ ਨੂੰ, ਅਸੀਂ ਆਪਣੀ ਪੀੜ੍ਹੀ ਨੂੰ, ਅਸੀਂ ਆਪਣੀ ਨੈਕਸਟ ਜਨਰੇਸ਼ਨ ਨੂੰ ਬਾਬੇ ਦਾ ਇਹ ਲਾਂਘਾ ਦੇ ਕੇ ਜਾਈਏ ਤੇ ਕਿੰਨਾ ਭਲਾ ਇਹਦੇ ਨਾਲ ਹੋ ਸਕਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ, ਕਿਉਂਕਿ ਜਦੋਂ ਪੀਪਲ ਟੂ ਪੀਪਲ ਕੋਂਟੈਕਟ ਹੁੰਦਾ, ਸੰਪਰਕ ਹੁੰਦਾ ਹੈ, ਤੇ ਸੰਦੇਹ ਮਿਟਦੇ ਜਾਂਦੇ ਹੈ ਔਰ ਦੇਸ਼ ਜੁੜਦੇ ਜਾਂਦੇ ਹੈ। ਬਾਬੇ ਦੀ ਮਿਹਰ ਤੇ ਇਹ ਜਿਹੜੀ ਜ਼ਹਿਰ ਹੈ, ਇਹ ਜਿਹੜਾ ਆਪਸ ਦਾ ਬਹਿਰ ਹੈ, ਇਹ ਹੋ ਗਿਆ ਢੇਰ। ਸਿੱਧੂ ਸਾਹਿਬ, ਕਿੰਨੀ ਦੂਰੀ ਹੈ ਲਾਹੌਰ ਤੋਂ ਉਸ ਵਕਤ ਤੁਸੀਂ ਫਲਾਈ ਕਰਨਾ ਹੈਗਾ ਕਰਤਾਰਪੁਰ ਸਾਹਿਬ ਵੱਲ, ਤੇ ਕਿੰਨੇ ਵਜੇ ਦਾ ਉੱਥੇ ਹੈਗਾ ਪਾਕਿਸਤਾਨੀ ਸਮੇਂ ਅਨੁਸਾਰ? ਇੱਥੋਂ ਕਾਰ ਦੇ ਵਿੱਚ 2 ਘੰਟੇ ਲੱਗਦੇ ਹੈ, ਤੇ ਬਾਈਕ ਮਤਲਬ ਬਾਈ ਹੈਲੀਕਾਪਟਰ ਕੋਈ 20 ਮਿੰਟ ਦਾ ਰਸਤਾ ਹੈਗਾ। ਤੇ ਕਿੰਨੇ ਵਜੇ ਦਾ ਸਮਾਰੋਹ ਹੈ ਜੀ ਉੱਥੇ, ਸੈਰੋਮਨੀ ਜੋ ਹੈ ਉੱਥੇ? ਮੈਨੂੰ ਲੱਗਦਾ ਹੈ ਕਿ ਇਹ ਸਮਾਰੋਹ ਜਿਹੜਾ ਹੈਗਾ ਕੋਈ 1 ਤੋਂ 1:30 ਵਜੇ ਵਿੱਚ ਸ਼ੁਰੂ ਹੋਏਗਾ ਤੇ 4 ਵਜੇ ਦਾ ਖਾਤਮਾ ਇਹਦਾ। ਸਿੱਧੂ ਸਾਹਿਬ, ਇੱਕ ਵਿਸ਼ੇਸ਼ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ। ਕੁਝ ਦਿਨ ਪਹਿਲਾਂ ਭਾਰਤ ਦੇ ਵਿੱਚ ਵੀ ਡੇਰਾ ਬਾਬਾ ਨਾਨਕ 'ਚ ਇਸੇ ਤਰ੍ਹਾਂ ਹੀ ਅਰਥ ਬ੍ਰੇਕਿੰਗ ਸਮਾਰੋਹ ਹੋ ਕੇ ਹਟੇ ਨੇ। ਬੜੀ ਸਿਆਸਤ ਹੋਈ ਹੈ ਕਿ ਪਾਕਿਸਤਾਨ ਵਿੱਚ ਜਿਹੜਾ ਸੂਰਤ ਸਿਆਸਤ ਕੀ ਹੈ, ਕੀ ਹਾਲਾਤ ਨੇ ਉੱਥੇ, ਕਿ ਉੱਥੇ ਵੀ ਸਿਆਸਤ ਹੋ ਰਹੀ ਹੈ ਉਸ ਤਰ੍ਹਾਂ? ਬਿਲਕੁਲ ਵੀ ਨਹੀਂ ਹੈ ਇੱਥੇ, ਬਿਲਕੁਲ ਵੀ ਐਸਾ ਕੁਛ ਨਹੀਂ ਹੈ। ਫੰਕਸ਼ਨ ਤੁਸੀਂ ਆਪੇ ਹੀ ਦੇਖਿਓ, ਸਾਰੇ ਕਿਤੇ ਲਾਈਵ ਜਾਊਗਾ। ਮੈਨੂੰ ਤਾਂ ਕਿਸੇ ਨੇ ਸਿਆਸਤ ਦੇ ਚਸ਼ਮੇ ਦੇ ਨਾਲ ਨਹੀਂ ਦੇਖਿਆ। ਮਤਲਬ ਹਰ ਬੰਦਾ ਅਮਨ ਅਮਾਨ ਚਾਹੁੰਦਾ ਹੈ, ਪਿਆਰ ਚਾਹੁੰਦਾ ਹੈ, ਮੁਹੱਬਤ ਚਾਹੁੰਦਾ, ਔਰ ਇਹੀ ਬਾਬਾ ਨਾਨਕ ਦਾ ਸੰਦੇਸ਼ ਹੈ, ਆਪਸੀ ਭਾਈਚਾਰਾ, ਬੈਰ ਮਿਟਾਉਣੇ, ਲੋਕਾਂ ਨੂੰ ਜੋੜਨਾ, ਜ਼ਾਤ ਪਾਤ ਮਿਟਾਉਣੀ। ਸਾਡੇ ਕੌਨਸਟੀਟਿਊਸ਼ਨ 'ਚ ਵੀ ਉਹੀ ਦਰਦ ਹੈ, ਨੋ ਡਿਸਕ੍ਰੀਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ, ਕਲਰ ਐਂਡ ਕ੍ਰੀਡ। ਬਾਬਾ ਜੀ ਨੇ ਸਾਡੇ 500 ਸਾਲ ਪਹਿਲਾਂ ਊਂਚ ਨੀਚ, ਜ਼ਾਤ ਪਾਤ, ਇਹ ਸਭ ਕੁਛ ਮਿਟਾਇਆ। ਚੌ ਵਰਨਾ ਨਹੀਂ ਖੁੱਲ੍ਹੇ ਦਰਬਾਰ ਸਾਹਿਬ, ਹਰ ਥਾਂ ਦੇ ਉੱਤੇ ਹਰ ਬੰਦਾ ਅੱਜ ਇੱਕੋ ਹੀ ਗੁਣਗਾਨ ਕਰਦਾ ਹੈ ਵੀ ਬਾਬੇ ਦੀ ਮਿਹਰ ਦੇ ਨਾਲ ਬਹੁਤ ਕੁਛ ਸੰਭਾਵਨਾ ਉੱਠੀਆਂ ਵਾ ਨੇ। ਔਰ ਜਿਹੜੀ ਮਤਲਬ ਮੈਂ ਤੇ ਅੱਗੇ ਤੱਕ ਸੋਚਦਾ ਕਿ ਜਿਹੜੇ ਸਾਡੀ ਕਿਸਮਤ ਤੇ ਤਾਲੇ ਲੱਗੇ ਹੋਏ ਆ, ਦੋਵੇਂ ਪੰਜਾਬ ਟੁੱਟੇ ਹੋਏ ਆਪਸ ਤੋਂ, ਜੇ ਜੁੜਦੇ ਆ ਤੇ ਬਹੁਤ ਵੱਡੀ ਤਾਕਤ ਉੱਪਰ ਸਕਦੀ ਹੈ ਔਰ ਹਿੰਦੁਸਤਾਨ ਔਰ ਪੰਜਾਬਾਂ ਦਾ ਬਹੁਤ ਭਲਾ ਹੋ ਸਕਦਾ। ਬਹੁਤ ਸ਼ੁਕਰੀਆ ਸੁਖ ਸਾਹਿਬ, ਇੱਕ ਵਾਰ ਫਿਰ ਤੁਹਾਨੂੰ ਵਧਾਈ ਇਸ ਵੱਡੇ ਉਪਰਾਲੇ ਵਾਸਤੇ, ਬਹੁਤ ਸ਼ੁਕਰੀਆ ਜੀ। ਨਹੀਂ ਨਹੀਂ ਬਹੁਤ, ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਨ੍ਹਾਂ ਰਾਹਾਂ ਉੱਤੇ ਤੁਰਿਆ ਬਾਬਾ ਨਾਨਕ ਸਾਹਿਬ ਦਾ ਸਾਂਝਾ, ਅੱਜ ਅਰਦਾਸ ਕਬੂਲ ਹੋਈ ਤੇ ਖੁੱਲਿਆ ਹੈ ਇਹ ਲਾਂਘਾ। ਤਾਰੇ ਨੀਵੇਂ ਹੋ ਹੋ ਵੇਖਣ, ਫੁੱਲ ਹੋ ਹੋ ਕੇ ਉੱਚੇ, ਆਓ ਯਾਰੋ ਦਰਸ਼ਨ ਪਾ ਲਓ, ਰਹੇ ਨਾ ਕੋਈ ਵਾਂਝਾ। ਬਾ ਕਮਾਲ, ਬਾ ਕਮਾਲ ਸਿੱਧੂ ਸਾਹਿਬ, ਬਾ ਕਮਾਲ। ਧੰਨਵਾਦ, ਧੰਨਵਾਦ, ਧੰਨਵਾਦ।